ਗੱਲ ਯੂਰਪ ਕੰਟਰੀਜ਼ ਹੀ ਕਰਨ ਜਾ ਰਹੇ ਹਾਂ, ਸੋ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਜਿੱਥੇ ਕੈਨੇਡਾ ਦੇ ਵੀ ਜਿਹੜੇ ਅਪਡੇਟ ਆਏ ਨੇ, GIC ਡਬਲ ਹੋ ਗਈ ਹੈ, ਆਸਟ੍ਰੇਲੀਆ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਕੋਟਾ ਘਟਾ ਦਿੱਤਾ ਜਾਏਗਾ, ਸਟ੍ਰਿਕਨੈਸ ਵੀ ਆਉਂਦੇ ਸਮੇਂ ਵਿੱਚ ਲੱਗ ਰਿਹਾ ਕਿ ਹੋਰ ਜ਼ਿਆਦਾ ਵੱਧ ਜਾਏਗੀ, UK ਦੇ ਵਿੱਚ ਸਪਾਊਸ ਵੀਜ਼ਾ ਜੋ ਹੈ ਖਤਮ ਹੋ ਚੁੱਕਿਆ ਹੈ, ਸੋ ਕੁੱਲ ਮਿਲਾ ਕੇ ਯੂਰਪ ਕੰਟਰੀਜ਼ ਕਿਤੇ ਨਾ ਕਿਤੇ ਡਿਮਾਂਡ ਵਿੱਚ ਵੀ ਆ ਰਹੀਆਂ ਨੇ ਔਰ ਹੋਣਾ ਵੀ ਚਾਹੀਦਾ। ਬਹੁਤ ਚੰਗੀਆਂ ਆਪਸ਼ਨਸ ਨੇ ਜਿੱਥੇ ਸਟੂਡੈਂਟ ਪੜ੍ਹਾਈ ਦੇ ਨਾਲ ਨਾਲ ਆਪਣੀ ਲਾਈਫ ਨੂੰ ਸੈਟਲ ਕਰਨ ਦੇ ਲਈ ਬਹੁਤ ਚੰਗੀਆਂ ਆਪਸ਼ਨਸ 'ਤੇ ਅੱਗੇ ਵੱਧ ਸਕਦਾ ਹੈ। ਗੱਲ ਇਸੇ 'ਤੇ ਕਰਾਂਗੇ ਔਰ ਬਹੁਤ ਅੱਛੀਆਂ ਆਪਸ਼ਨਸ ਅੱਜ ਦੀ ਵੀਡੀਓ ਜ਼ਰੀਏ ਤੁਹਾਨੂੰ ਦੱਸਣ ਜਾ ਰਹੇ ਹਾਂ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਯੂਰਪ ਬਾਰੇ ਡਿਟੇਲ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ ਜੀ। ਸੋ ਸਾਰੇ ਸਟੂਡੈਂਟਸ ਜਾਣਦੇ ਨੇ ਮੈਮ ਦਾ ਤਕਰੀਬਨ 27-28 ਸਾਲਾਂ ਦਾ ਐਕਸਪੀਰੀਅੰਸ ਔਰ ਇਸ ਐਕਸਪੀਰੀਅੰਸ ਦੇ ਵਿੱਚ ਢੇਰ ਸਾਰਾ ਰਿਸਰਚ ਵਰਕ ਔਰ ਢੇਰ ਸਾਰੀ ਪ੍ਰੋਫਾਈਲ 'ਤੇ ਕੰਮ ਕੀਤਾ ਗਿਆ ਔਰ ਢੇਰ ਸਾਰੇ ਵੀਜ਼ਾ ਵੀ ਲੈ ਕੇ ਆਉਂਦੇ ਗਏ ਨੇ। ਸੋ ਮੈਮ, ਅੱਜ ਦੇ ਸਮੇਂ ਜਿਵੇਂ ਮੈਂ ਸਟਾਰਟਿੰਗ ਵਿੱਚ ਹੀ ਗੱਲ ਕੀਤੀ ਹੈ, ਕੰਪੈਰੀਜ਼ਨ ਕਰੀਏ ਅਸੀਂ UK, ਆਸਟ੍ਰੇਲੀਆ ਔਰ ਕੈਨੇਡਾ, ਕਿਤੇ ਨਾ ਕਿਤੇ ਕੁਛ ਅਪਡੇਟਸ ਇਸ ਤਰ੍ਹਾਂ ਦੇ ਜਿਸ ਦੇ ਨਾਲ ਵੀਜ਼ਾ ਲੱਗਣਾ ਨਾ ਲੱਗਣਾ, ਪੋਜ਼ਿਟਿਵ ਰਿਜ਼ਲਟਸ, ਨੈਗੇਟਿਵ ਰਿਜ਼ਲਟਸ, ਇਸ ਦੇ ਵੀ ਸਟੂਡੈਂਟਸ ਥੋੜ੍ਹੇ ਉਲਝੇ ਹੋਏ ਨੇ। ਪਰ ਨਾਲ ਹੀ ਆਪਾਂ ਯੂਰਪ ਕੰਟਰੀਜ਼ ਦੀ ਗੱਲ ਕਰੀਏ, ਕਿੰਨਾ ਕੁ ਪੋਜ਼ਿਟਿਵ ਦਿਖ ਰਿਹਾ ਅੱਜ ਦੇ ਟਾਈਮ ਵਿੱਚ ਯੂਰਪ? ਹਰਜੋ, ਦੇਖੋ, ਹਰ ਸਟੂਡੈਂਟ ਦੀ ਕੋਈ ਨਾ ਕੋਈ ਡਿਜ਼ਾਇਰ ਹੁੰਦੀ ਹੈ, ਕੋਈ ਨਾ ਕੋਈ ਇੱਛਾ ਹੁੰਦੀ ਹੈ ਜਿਹੜਾ ਕਿ ਇੱਕ ਪਰਟੀਕੁਲਰ ਕੰਟਰੀ ਉਹਨੂੰ ਫੁਲਫਿਲ ਨਹੀਂ ਕਰ ਸਕਦਾ। ਮੰਨ ਲਓ ਬੱਚੇ ਦਾ ਬਜਟ ਬਹੁਤ ਛੋਟਾ ਹੈ, ਕਾਫੀ ਸਾਰੇ ਸਟੂਡੈਂਟ ਜਿਹੜੇ ਆ ਬਾਹਰ ਜਾਣਾ ਚਾਹੁੰਦੇ ਆ ਬਟ ਉਹਨਾਂ ਦਾ ਬਜਟ ਆਸਟ੍ਰੇਲੀਆ ਜਾਂ ਕੈਨੇਡਾ ਵਾਲਾ ਨਹੀਂ ਹੈ, ਛੋਟਾ ਬਜਟ ਹੈ, 5 ਲੱਖ ਦਾ, 6 ਲੱਖ ਦਾ, ਉਹ ਆਪਣੇ ਸਟੂਡੈਂਟ ਬੱਚਿਆਂ ਨੂੰ ਕਿੱਦਾਂ ਐਕਸਪੋਜ਼ਰ ਦੇਣ, ਜਾਂ ਫਿਰ ਉੱਦਾਂ ਦੇ ਸਟੂਡੈਂਟ ਜਿਹੜੇ ਆਪਣੀ ਫੈਮਿਲੀ ਨਾਲ ਜਾਣਾ ਚਾਹੁੰਦੇ ਆ, ਵੀਜ਼ਾ 100% ਚਾਹੁੰਦੇ ਆ, ਕਿਉਂਕਿ ਰਿਜੈਕਸ਼ਨ ਵੀ ਕਈ ਵਾਰੀ ਬੱਚਾ ਕਰਾ ਕੇ ਨਾ ਉਹਦਾ ਜਿੱਦਾਂ ਕਹਿੰਦੇ ਹਾਂ ਕਿ ਡਿਸਅਪੁਆਇੰਟ ਹੋ ਜਾਂਦੇ ਆ। ਤਾਂ ਕੁਛ ਇਹੋ ਜਿਹੇ ਕੰਟਰੀਆਂ ਕਿ ਜਿਹੜੇ ਤੁਹਾਨੂੰ ਬਹੁਤ ਅੱਛੇ ਵੀਜ਼ਾ ਸਕਸੈਸ ਦੇ ਰਹੀਆਂ, ਜਿਹੜੇ ਤੁਹਾਡੀ ਇਹ ਵਾਲੀ ਨੀਡ ਪੂਰੀ ਕਰ ਰਹੀਆਂ, ਕੁਛ ਕੰਟਰੀਜ਼ ਆ ਜਿਹੜੇ ਤੁਹਾਨੂੰ ਟੈਕਨੋਲੋਜੀ ਵਿੱਚ ਤੁਹਾਨੂੰ ਬਹੁਤ ਸਟਰੋਂਗ ਚਾਹੀਦਾ। ਹੁਣ ਜਰਮਨੀ ਵਰਗਾ ਟੈਕਨੋਲੋਜੀ ਦੇ ਵਿੱਚ ਕੋਈ ਕੰਟਰੀ ਸਟਰੋਂਗ ਨਹੀਂ ਆ, ਇੱਦਾਂ ਦੀ ਵੀ ਆ ਸਕਦੀ ਆ। ਹੁਣ ਆਪਾਂ ਗੱਲ ਕਰਦੇ ਹਾਂ, ਆਪਾਂ ਕਿਉਂਕਿ ਯੂਰਪ ਪੂਰਾ ਟੌਪਿਕ ਲਿਆ, ਇੱਕ ਕੰਟਰੀ 'ਤੇ ਗੱਲ ਨਹੀਂ ਕਰ ਰਹੇ, ਆਪਾਂ ਸ਼ੁਰੂ ਕਰਦੇ ਹਾਂ ਪਹਿਲੇ ਲਾਤਵੀਆ ਲਿਥੁਏਨੀਆ ਤੋਂ, ਜਿਨ੍ਹਾਂ ਦੀ ਫੀਸਾਂ ਹੀ ਮੇਰੇ ਖਿਆਲ 3-4-5 ਲੱਖ ਦੇ ਨੇੜੇ ਤੇੜੇ ਹੁੰਦੀਆਂ, ਠੀਕ ਹੈ। ਉਹਦੇ ਵਿੱਚ ਜਿਹੜਾ ਸਟੂਡੈਂਟ ਜਿਹੜਾ ਅਕਾਊਂਟ ਬੈਲੈਂਸ ਕਿੰਨਾ ਚਾਹੀਦਾ, 6-1 ਲੱਖ ਰੁਪਇਆ ਸਾਰਾ ਦਿਖਾਉਣਾ ਹੁੰਦਾ, ਡਾਕੂਮੈਂਟਸ ਬਹੁਤ ਜ਼ਿਆਦਾ ਨਹੀਂ ਚਾਹੀਦੇ, ਆਇਲਟਸ ਕੀਤੀ ਹੋਈ ਹੈ ਨਹੀਂ ਕੀਤੀ ਹੋਈ ਡਜ਼ਨਟ ਮੈਟਰ, ਲੇਕਿਨ ਹਾਂ ਪਰਸੈਂਟੇਜ ਜਿਹੜੀ ਹੈ ਤੁਹਾਡੀ 60% ਹੋਣੀ ਚਾਹੀਦੀ ਹੈ। ਤੁਸੀਂ BSc IT ਕੀਤੀ ਹੋਈ ਹੈ, BCA ਕੀਤੀ ਹੋਈ ਹੈ, ਇਹ ਸਾਰੇ ਸਟੂਡੈਂਟਸ ਜਿਹੜੇ ਮਾਸਟਰਸ ਦੇ ਵਿੱਚ ਜਾ ਸਕਦੇ ਆ। ਡਾਕੂਮੈਂਟ ਇਵੈਲਿਊਏਸ਼ਨ ਪ੍ਰੋਸੈਸ 'ਚ ਜ਼ਰੂਰ 1 ਤੋਂ 1.5 ਮਹੀਨੇ ਦਾ ਟਾਈਮ ਲੱਗਦਾ, ਪਰ 3-4 ਲੱਖ 'ਚ ਕਿਹੜੀ ਕੰਟਰੀ, ਉਹ ਵੀ ਸ਼ੈਨੇਗਨ ਕੰਟਰੀ, ਜਿੱਥੇ ਤੁਹਾਨੂੰ ਪੂਰੀ ਸ਼ੈਨੇਗਨ ਦਾ ਤੁਹਾਨੂੰ ਅਸੈਸ ਮਿਲ ਰਿਹਾ, ਜਿੱਥੇ ਮਰਜ਼ੀ ਘੁੰਮੋ ਫਿਰੋ, ਐਕਸਪੋਜ਼ਰ ਲਓ ਲਾਈਫ ਦਾ, ਐਂਡ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲਦਾ ਹੈ, ਸਟੱਡੀਜ਼ ਦੇ ਦੌਰਾਨ ਵੀ ਤੁਹਾਨੂੰ ਜਿਹੜਾ ਉੱਥੇ ਕੰਮ ਕਰਨ ਦਾ ਮੌਕਾ ਮਿਲਦਾ, ਇਰਾਜ਼ਮਸ ਪ੍ਰੋਗਰਾਮ ਦਾ ਪਾਰਟੀਸਪੇਟ ਕਰਨ ਦਾ ਮੌਕਾ ਮਿਲਦਾ। ਇਰਾਜ਼ਮਸ ਹੈ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਬਿਟਵੀਨ ਪੂਰੇ ਯੂਰਪ ਦੀ ਯੂਨੀਵਰਸਿਟੀਜ਼ ਜਾਂ ਕੈਨੇਡਾ ਜਾਂ UK ਜਿੱਥੇ ਵੀ ਇਹਨਾਂ ਦੇ ਆਪਣੇ ਟਾਈ ਅਪ ਹੈ ਉਸ ਪ੍ਰੋਗਰਾਮ 'ਚ ਵਿਦਆਊਟ ਐਨੀ ਐਕਸਟਰਾ ਫੀਸ, ਤੋ ਜਿੱਥੇ 20-25 ਲੱਖ ਦੀ ਫੀਸ ਹੈ ਤੁਸੀਂ ਉਹ ਕੰਟਰੀ ਜਾ ਕੇ ਵੀ ਇੱਕ ਜਿਹੜਾ ਸਮੈਸਟਰ ਪੜ੍ਹ ਕੇ ਆ ਸਕਦੇ ਹੋ ਵਿਦਆਊਟ ਪੇਇੰਗ ਐਨੀਥਿੰਗ ਐਕਸਟਰਾ, ਔਰ ਗਵਰਨਮੈਂਟ ਤੁਹਾਨੂੰ 700 ਯੂਰੋ ਪਰ ਮੰਥ ਪੇ ਕਰਦੀ ਆ, ਠੀਕ ਹੈ। ਦੈਨ ਸੈਕਿੰਡ ਆਪਾਂ ਗੱਲ ਕੀਤੀ ਕਿ ਜਿੱਥੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ, ਬਹੁਤ ਸਾਰੀ ਕੰਟਰੀਆਂ ਯੂਰਪ 'ਚ, ਸਵੀਡਨ ਹੈ, ਡੈਨਮਾਰਕ ਹੈ,
ਫਿਨਲੈਂਡ ਹੈ। ਹੁਣ ਮੈਂ ਗੱਲ ਕਰੂੰਗੀ ਫਿਨਲੈਂਡ ਦੀ। ਫਿਨਲੈਂਡ ਦੇ ਵਿੱਚ ਇਟਸ ਵੈਰੀ ਈਜ਼ੀ ਪ੍ਰੋਸੈਸ, ਤੁਸੀਂ ਜਿਹੜਾ 10 ਸਾਲ ਦੇ ਗੈਪ ਨਾਲ ਵੀ ਅਪਲਾਈ ਕਰ ਸਕਦੇ ਹੋ, ਐਂਡ ਪਰਸੈਂਟੇਜ ਦੀ ਕੋਈ ਐਡੀ ਲੰਬੀ ਚੌੜੀ ਟੈਨਸ਼ਨ ਨਹੀਂ ਹੈ, ਬਸ ਤੁਹਾਡਾ ਆਫਰ ਲੈਟਰ ਆਉਣਾ ਚਾਹੀਦਾ। ਇਹਦੇ ਵਿੱਚ ਇੱਕ ਅਪਡੇਟ ਇਹ ਹੈ, ਜੇ ਤੁਸੀਂ ਫਿਨਲੈਂਡ 'ਚ ਅਪਲਾਈ ਕਰਦੇ ਹੋ ਔਰ ਤੁਹਾਡਾ ਹੁਣ ਜਿਹੜਾ ਮਾਰਚ ਦੇ ਵਿੱਚ ਕਲੋਜ਼ ਹੋ ਜਾਣਾ ਇਨਟੇਕ, ਜਨਵਰੀ 'ਚ ਜੇ ਅਪਲਾਈ ਕਰ ਲਿਆ ਜਾਂ ਦਸੰਬਰ 'ਚ ਕਰ ਲਿਆ ਤਾਂ ਤੁਹਾਡੀ ਸਕੋਲਰਸ਼ਿਪ ਮੈਕਸੀਮਮ ਲੱਗ ਜਾਊਗੀ। ਜਾਂ ਮੰਨ ਲਓ ਉਹਨਾਂ ਦੀ ਫੀਸ ਹੈ 14,000 ਯੂਰੋ, ਹੋ ਸਕਦਾ ਤੁਹਾਨੂੰ 8,000 ਯੂਰੋ 'ਚ ਹੀ ਤੁਹਾਡੀ ਐਡਮਿਸ਼ਨ ਹੋ ਜਾਏ, ਔਰ ਵੀਜ਼ਾ ਤੋਂ ਪਹਿਲਾਂ ਹੋ ਸਕਦਾ ਤੁਹਾਨੂੰ 2,000-2,500 ਯੂਰੋ ਵਿੱਚ ਹੀ ਤੁਹਾਡਾ ਜਿਹੜਾ ਉਹ ਸਾਰੀ ਫਾਈਲ ਬਣ ਜਾਏ। ਹੁਣ ਸਪਾਊਸ ਵੀਜ਼ਾ ਹੋਏ ਤਾਂ ਇੰਨੀ ਵੱਡੀ ਸਕੋਲਰਸ਼ਿਪ ਲੱਗ ਜਾਏ ਅਤੇ ਉਹਨਾਂ 'ਤੇ ਬਹੁਤ ਈਜ਼ੀ ਲਾਈਫ ਹੋ ਜਾਂਦੀ ਹੈ। ਫੰਡ ਜਿਹੜੇ ਸ਼ੋਅ ਕਰਨੇ ਆ 8-10 ਲੱਖ ਸ਼ੋਅ ਕਰਨੇ ਆ, 7-8 ਲੈਕਸ, ਸਪਾਊਸ ਨਾਲ ਜਾ ਰਿਹਾ ਤਾਂ 14 ਲੱਖ ਸ਼ੋਅ ਕਰਨੇ ਆ, ਬੱਚਾ ਨਾਲ ਜਾ ਰਿਹਾ ਤਾਂ ਐਡੀਸ਼ਨਲ 20 ਲੱਖ ਸ਼ੋਅ ਕਰਨੇ ਆ, ਦੂਸਰਾ ਬੱਚਾ ਨਾਲ ਜਾ ਰਿਹਾ 24 ਲੱਖ, ਮੀਨ 24 ਲੱਖ ਦੇ ਵਿੱਚ ਪੂਰੀ ਫੈਮਿਲੀ ਜਿਹੜੇ ਸ਼ੋਅ ਕਰਨੇ ਆ, ਜਸਟ ਪੂਰੀ ਫੈਮਿਲੀ 2 ਬੱਚਿਆਂ ਨਾਲ ਤੁਸੀਂ ਜਾ ਸਕਦੇ ਹੋ। ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ, ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ 'ਤੇ ਅਪਲਾਈ ਕਰ ਸਕਦੇ ਹੋ। ਆਇਲਸ ਕੀਤੀ ਹੈ ਤਾਂ ਬਹੁਤ ਅੱਛੀ ਗੱਲ ਹੈ। ਹੁਣ ਆਪਾਂ ਜਰਮਨੀ ਦੀ ਗੱਲ ਕਰੀਏ, ਟੈਕਨੋਲੋਜੀ ਪ੍ਰੋਗਰਾਮਸ ਬਹੁਤ ਅੱਛੇ ਪ੍ਰੋਗਰਾਮਸ ਹੈ, ਬਿਗ ਡਾਟਾ ਐਨਾਲਿਟਿਕ ਜਿਹੜਾ ਕਿ ਅੱਜ ਕੱਲ੍ਹ ਪੂਰੇ ਵਰਲਡ 'ਚ ਜਿਹੜਾ ਤੁਹਾਨੂੰ ਪ੍ਰੋਗਰਾਮ ਪਤਾ ਕਿ ਕਾਫੀ ਫੇਮਸ ਹੈ ਐਂਡ ਇੰਡਸਟਰੀਅਲ ਰੈਵੋਲਿਊਸ਼ਨ ਦੇ ਰਿਲੇਟਿਡ ਹੈ, ਜਿਹਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ, ਜਿਹਦੇ ਵਿੱਚ ਤੁਹਾਡਾ ਆਰਟੀਫਿਸ਼ਲ ਇੰਟੈਲੀਜੈਂਸ AI ਹੋ ਰਿਹਾ, ਸਾਈਬਰ ਸਿਕਿਉਰਿਟੀ ਸਾਰਾ ਕੁਝ ਕਵਰਡ ਹੈ। ਇੰਡਸਟਰੀਅਲ 4 ਮੀਨਸ ਇੰਡਸਟਰੀਅਲ ਰੈਵੋਲਿਊਸ਼ਨ ਜਿਹੜਾ ਆਇਆ ਉਹ ਉਹਦੇ ਵਿੱਚ ਪੂਰਾ ਪੜ੍ਹਾਇਆ ਜਾ ਰਿਹਾ, ਐਂਡ ਇਹ ਪ੍ਰੋਗਰਾਮ ਜਿਹੜਾ ਕਾਫੀ ਅੱਛੇ ਸਟੂਡੈਂਟਸ ਵਾਸਤੇ ਹੈ। ਅਤੇ ਮੈਂ ਤੁਹਾਡੇ ਕੋਲ ਹਰ ਕੈਟਾਗਰੀ ਦੀ ਗੱਲ ਕਰਤੀ, ਜਿਹੜਾ ਜਿਹਨਾਂ ਦਾ ਬਜਟ ਬਹੁਤ ਛੋਟਾ ਹੈ ਜਾਂ ਜਿਹੜੇ ਆਪਣੀ ਫੈਮਿਲੀ ਨੂੰ ਲੈ ਕੇ ਜਾਣਾ ਚਾਹ ਰਹੇ ਆ, ਉਹ ਜਿਹੜੀ 8-8,500 ਯੂਰੋ 'ਚ ਵਿਦ ਫੈਮਿਲੀ ਜਾ ਸਕਦੇ ਆ, ਜਾਂ ਫਿਰ ਜਿਹੜਾ ਬੱਚਾ ਸਟੂਡੈਂਟ ਟੈਕਨੋਲੋਜੀ ਵਿੱਚ ਬਹੁਤ ਅੱਛਾ ਹੈ ਔਰ ਜਿਹਨੂੰ ਜਰਮਨ ਵਰਗੀ ਟੈਕਨੋਲੋਜੀ ਚਾਹੀਦੀ ਹੈ ਜਿਹੜਾ ਪੂਰਾ ਵਰਲਡ 'ਚ ਕੋਈ ਨਹੀਂ ਦੇ ਸਕਦਾ, ਚਾਹੇ ਉਹ ਮਕੈਨੀਕਲ ਇੰਜੀਨੀਅਰ ਹੋਏ, ਚਾਹੇ ਇਲੈਕਟ੍ਰੀਕਲ ਇੰਜੀਨੀਅਰ ਹੋਏ, ਚਾਹੇ IT ਦਾ ਬੱਚਾ ਹੋਏ, ਉਹ ਉਹਨਾਂ ਦੇ ਵਾਸਤੇ ਹੈ, ਜਾਂ MBA ਕਰਨੀ ਹੋਏ ਅਤੇ ਐਨੀਥਿੰਗ। ਹੁਣ ਸਾਰੀਆਂ ਕੰਟਰੀਜ਼ ਦੀ ਜਿਹੜੀ ਹੈ ਫੰਡਿੰਗ ਰਿਕੁਆਇਰਮੈਂਟ ਮੈਂ ਦੱਸ ਹੀ ਦਿੱਤੀ। ਹਾਂ, ਜਰਮਨੀ ਦਾ ਬਲੌਕ ਅਕਾਊਂਟ ਹੈ 11,208, ਮਤਲਬ 11,208 ਦੇ ਵਿੱਚ ਜਿਹੜਾ ਸਰਕਾਰ ਦੇ ਕੋਲ ਤੁਹਾਡਾ ਪੈਸਾ ਜਾਂਦਾ, 900+ ਯੂਰੋ ਤੁਹਾਨੂੰ ਹਰ ਮਹੀਨੇ ਤੁਹਾਨੂੰ ਵਾਪਸ ਮਿਲਦਾ। ਅਤੇ ਇਹ ਜਿਹੜਾ ਟੋਟਲ ਜਿਹੜਾ ਜਰਮਨੀ ਦੀ ਆਪਾਂ ਯੂਰਪ ਦੇ 3 ਕੰਟਰੀਆਂ 'ਚ ਕਵਰ ਕੀਤੀ ਹੈ, ਮੇਰੇ ਖਿਆਲ ਇੰਨੇ ਕੁ ਟਾਈਮ 'ਚ ਇਸ ਤੋਂ ਜ਼ਿਆਦਾ ਕਵਰ ਕਰਨਾ ਵੀ ਆਪਣੇ ਵਾਸਤੇ ਮੁਸ਼ਕਲ ਹੋਏ। ਬਿਲਕੁਲ ਬਿਲਕੁਲ, ਕਿਉਂਕਿ ਯੂਰਪ ਆਪਣੇ ਆਪ ਦੇ ਵਿੱਚ ਢੇਰ ਸਾਰੀਆਂ ਆਪਸ਼ਨਸ ਲੈ ਕੇ ਬੈਠਾ ਹੈ, ਢੇਰ ਸਾਰੀ ਕੰਟਰੀਜ਼ ਨੇ। ਸੋ ਜਿਵੇਂ ਕਿ ਲਾਤਵੀਆ, ਫਿਨਲੈਂਡ ਔਰ ਜਰਮਨੀ ਦੀ ਮੈਮ ਨੇ ਗੱਲ ਕੀਤੀ ਹੈ, ਘੱਟ ਬਜਟ ਵਿੱਚ ਜਿਹੜੇ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ, ਆਪਣੀ ਫੈਮਿਲੀ ਦੇ ਨਾਲ ਸੈਟਲਮੈਂਟ ਚਾਹੁੰਦੇ, ਸੋ ਉਹਨਾਂ ਲਈ ਬਹੁਤ ਚੰਗੀਆਂ ਆਪਸ਼ਨਸ ਨੇ। ਸੋ ਅਗਰ ਤੁਸੀਂ ਵੀ ਇਸ ਕੈਟਾਗਰੀਜ਼ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ, ਲਾਤਵੀਆ, ਫਿਨਲੈਂਡ ਔਰ ਜਰਮਨੀ ਬਾਰੇ ਹੋਰ ਵੀ ਡਿਟੇਲ ਵਿੱਚ ਜਾਣਨਾ ਚਾਹੋ, ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਹੜਾ ਸੂਟੇਬਲ ਪ੍ਰੋਗਰਾਮ ਹੈ, ਕਿਹੜਾ ਸਹੀ ਕੋਰਸ ਹੈ, ਤਾਂ ਤੁਸੀਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਇਸ ਉੱਪਰ ਕਾਲ ਕਰਕੇ ਵੀ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਤੁਹਾਡੇ ਡਾਕੂਮੈਂਟਸ ਦੀ ਅਸੈਸਮੈਂਟ ਤੋਂ ਬਾਅਦ ਤੁਹਾਨੂੰ ਸਹੀ ਚੀਜ਼ਾਂ ਗਾਈਡ ਕੀਤੀਆਂ ਜਾ ਸਕਣ ਔਰ ਵਧੀਆ ਤੋਂ ਵਧੀਆ ਆਪਸ਼ਨ ਤੁਹਾਨੂੰ ਪਤਾ ਚੱਲਣ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ। ਸੋ ਬਹੁਤ ਬਹੁਤ ਥੈਂਕਸ ਮੈਮ, ਅੱਜ ਤੁਸੀਂ ਯੂਰਪ ਬਾਰੇ ਕਾਫੀ ਕੁਛ ਦੱਸਿਆ, ਜਿਵੇਂ ਕਿ ਤੁਸੀਂ ਕਿਹਾ ਕਿ ਇਸ ਇੰਨੇ ਘੱਟ ਟਾਈਮ ਦੇ ਵਿੱਚ ਤਾਂ ਵੀ ਤੁਸੀਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਈ ਹੈ ਸਟੂਡੈਂਟਸ ਦੇ ਕੋਲ, ਅਤੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮੱਚ। ਥੈਂਕ ਯੂ।